ਆਹ ਬਸ ਆਪਾਂ ਆੜਤੀ ਫੜ ਕੇ ਇਹਨਾਂ ਨੇ ਹੈ ਕੌਣ ਇਹ ਬਸ ਕਾਰੀ ਸਾਰੀ ਵਾਲੀ ਅੱਗੇ ਲਾ ਕੇ ਇਹਨਾਂ ਨੇ ਸਾਡੀ ਗੱਡੀ ਰੋਕ ਕੇ ਸਬਜ਼ੀ ਦੇ ਗੇਟ ਦੇ ਮੂਹਰੇ ਭੰਨ ਤੋੜ ਦੀ। ਕਿਹੜੀ ਗੱਲ ਤੋਂ ਹੋਈ ਤੁਹਾਡੀ ਜਿਹੜੀ ਟਾਈਮ ਦੀ ਲੜਾਈ ਦੇ ਪਿੱਛੇ ਹੋਈ? ਟਾਈਮਿੰਗ ਕਰਕੇ ਹੋਈ ਹੈ। ਤੇ ਕਿੰਨੇ ਵਿਅਕਤੀਆਂ ਨੇ ਸੱਟਾਂ ਲੱਗੀਆਂ? ਇਹਨੇ ਤਿੰਨ ਜਣਿਆਂ ਦੇ ਲੱਗੀਆਂ। ਡਰਾਈਵਰ ਜਿਹੜਾ ਹੈ ਉਹ ਇਸ ਟਾਈਮ ਠੀਕ ਹੈ ਤੇ ਕੰਡਕਟਰ ਦੇ ਕਹਿੰਦੇ ਲੱਗੀ? ਕੰਡਕਟਰ ਦੇ ਲੱਗੀਆਂ ਭਾਈ। ਤੇ ਭੰਨ ਤੋੜ ਕਿੰਨੀ ਕਾ? ਹਾਂ ਭਾਜੀ ਸ਼ੀਸ਼ੇ ਭੰਨ ਗਏ ਆ। ਕੈਸ਼ ਬੈਗ ਸੀਗਾ ਉਹ ਆ। ਤੇ ਤੁਹਾਡਾ ਕੀ ਨਾਮ ਆ? ਤੁਸੀਂ ਬੱਸ ਦੇ ਵਿੱਚ ਮੌਜੂਦ ਸੀ ਉਸ ਟਾਈਮ? ਠੀਕ ਹੈ, ਤੁਸੀਂ ਓਨਰ ਹੋ? ਨਹੀਂ ਨਹੀਂ। ਹਾਂਜੀ ਓਨਰ ਹੋ ਗਿਆ। ਠੀਕ ਹੈ। ਕੀ ਨਾਮ ਹੈ ਜੀ? ਦਲਜੀਤ ਸਿੰਘ ਸੰਧੂ ਜੀ। ਕੀ ਵਾਰਦਾਤ ਹੋਈ ਹੈ ਜੀ? ਬਾਹਰ ਦਾ ਜੀ, ਬਸ ਮੈਂ ਬੱਸ ਸਟੈਂਡ ਤੋਂ ਬੱਸ ਲੈ ਕੇ ਨਿਕਲਿਆ ਜੀ। ਠੀਕ ਹੈ ਜੀ, ਬੱਸ ਸਵਾਰੀ ਚੱਕਦਾ ਚੱਕਦਾ ਅਤੇ ਆਉਣਾ ਪਿਆ ਆ। ਅਤੇ ਇੱਥੇ ਆ ਰਹੀਮਪੁਰ ਚੌਂਕ ਦੇ ਵਿੱਚ ਮੈਂ ਸਵਾਰੀ ਚੱਕਣ ਲੱਗਾ ਤਾਂ ਜੀ, ਮੂਹਰੇ ਪ੍ਰੈਸ਼ਰ ਬੱਸ ਵਾਲਿਆਂ ਨੇ ਕ੍ਰੋਸ ਬੱਸ ਲਾ ਗਏ ਜੀ। ਤਾਂ ਵਿੱਚੋਂ ਜਿੱਦਾਂ ਮੁੰਡੇ 15-20 ਦੌੜੇ ਆਏ ਜੀ ਮੇਰੇ ਵੱਲ, ਉਹਨੀ ਪਹਿਲਾਂ ਤਾਂ ਜੀ ਆਉਂਦੇ ਨੇ ਮੇਰੇ, ਨਾ ਕੋਈ ਗੱਲ ਪੁੱਛੀ ਨਾ ਬਾਅਦ ਜੀ ਆਉਂਦੇ ਪਹਿਲਾਂ ਤਾਂ ਜੀ ਬੰਝਾ ਮਾਰਿਆ ਵਿੱਚ ਮੇਰੇ 'ਤੇ ਉਂਗਲੀ 'ਤੇ ਲੱਗਾ ਅਤੇ ਟੋਟਾ ਉਹਦਾ ਬੰਝੇ ਦਾ ਵਿੱਚੇ ਪਿਆ ਜੀ। ਠੀਕ ਹੈ ਜੀ, ਉਸ ਤੋਂ ਬਾਅਦ ਬੱਸ ਦਾ ਸ਼ੀਸ਼ਾ ਭੰਨਣ ਲੱਗ ਪਿਆ ਜੀ ਅਤੇ ਮੁੜ ਕੇ ਤਾਕੀ ਵੱਲ ਗਏ ਅਤੇ ਕੰਡਕਟਰ ਨੂੰ ਗਲੇ ਤੋਂ ਫੜ ਕੇ ਥੱਲੇ ਖਿੱਚ ਲਿਆ ਜੀ, ਉਹਦੇ ਬਹੁਤ ਸੱਟਾਂ ਮਾਰੀਆਂ ਜੀ। ਅਤੇ ਬੱਸ ਦਾ ਟਾਈਮ ਦਾ ਸੀਗਾ ਚੱਕਰ ਜੀ ਥੋੜ੍ਹਾ ਜਿਹਾ, ਵੀ ਉਹਨਾਂ ਦੇ ਟਾਈਮ ਹੈ ਨਹੀਂ ਸੀਗੇ, ਅਸੀਂ ਆਪਣੇ ਟਾਈਮ 'ਤੇ ਜਾਂਦੇ ਪਏ ਸਵੇਰ ਦੇ ਜੀ, ਅਤੇ ਉਹ ਬੱਸ ਦੇ ਟਾਈਮ ਦੇ ਚੱਕਰ ਨੂੰ ਲੈ ਕੇ ਜੀ ਨਹੀਂ ਆਉਂਦੇ ਨੇ, ਬਸ ਸ਼ੀਸ਼ੇ ਭੰਨ ਅਤੇ ਗੱਡੀ ਭੰਨਣੀ ਸ਼ੁਰੂ ਕਰਤੀ ਜੀ। ਅਤੇ ਵਿੱਚ ਸਵਾਰੀਆਂ ਨੂੰ 2-3 ਦੇ ਸੱਟਾਂ ਲੱਗੀਆਂ ਜੀ, ਅਤੇ ਇੱਕ ਮੇਰੀ ਉਂਗਲੀ 'ਤੇ ਲੱਗੀ ਅਤੇ ਕੰਡਕਟਰ ਦੇ ਮੁੰਡੇ ਦਾ ਸਿਰ ਪਾੜ ਦਿੱਤਾ ਜੀ, ਖੰਡਾ ਮਾਰ ਕੇ ਸਿਰ ਦੇ ਵਿੱਚ ਜੀ। ਪ੍ਰਸ਼ਾਸਨ ਤੋਂ ਬਸ ਇਹੀ ਮੰਗ ਕਰਦੇ ਜੀ, ਬਸ ਨਿਆਂ ਮਿਲੇ ਸਾਨੂੰ ਜੀ, ਕਾਨੂੰਨੀ ਕਾਰਵਾਈ ਹੋਵੇ ਜਿਨ੍ਹਾਂ ਨੇ ਕੰਮ ਕੀਤਾ ਜੀ, ਸਾਡਾ ਨੁਕਸਾਨ ਹੀ ਬਹੁਤ ਕਰ ਦਿੱਤਾ ਗਿਆ ਜੀ। ਆ ਸ਼ੀਸ਼ਾ 20-25 ਹਜ਼ਾਰ ਤੋਂ ਘੱਟ ਨਹੀਂ ਪੈਂਦਾ ਜੀ, ਕੰਡਕਟਰ ਤੋਂ ਝੋਲਾ ਖੋਹ ਕੇ ਲੈ ਗਿਆ ਜੀ, ਵਿੱਚ ਉਹਦਾ ਫੋਨ ਲੱਗ ਗਿਆ ਜੀ ਕੰਡਕਟਰ ਦਾ, ਅਤੇ ਕੰਡਕਟਰ ਦਾ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ, ਸਭ ਕੁਛ ਉਹਦਾ ਜੋ ਸੀਗਾ ਗਲ 'ਚ ਪਾਇਆ ਜੀ, ਜਾਂ ਹੱਥ ਵਿੱਚ ਸੀਗਾ ਸਭ ਕੁਛ ਖੋਹ ਕੇ ਦੌੜ ਗਿਆ ਜੀ। ਕੀ ਕੋਈ ਜ਼ਿਆਦਾ ਸੱਟਾਂ ਵੀ ਕਿਸੇ 'ਤੇ ਲੱਗੀਆਂ? ਹਾਂਜੀ, ਕੰਡਕਟਰ ਦੇ ਸਭ ਤੋਂ ਜ਼ਿਆਦਾ ਸੱਟ ਆ ਜੀ, ਉਹ ਯਾਨੀ ਸੱਟ ਲੱਗਦੇ ਸਾਰੀ ਬੇਹੋਸ਼ ਸੀਗਾ, ਬੇਹੋਸ਼ੀ ਚੱਕ ਕੇ ਲਗਾਇਆ ਜੀ ਉਹਨੂੰ ਸਿਵਲ ਹੋਸਪਿਟਲ ਨੂੰ ਆਪਾਂ ਜੀ। ਹਾਲਤ ਗੰਭੀਰ ਆ ਜੀ, ਸਿਵਲ ਹੋਸਪਿਟਲ ਦਾਖਲ ਆ ਜੀ, ਮੈਂ ਹਜੇ ਇੱਥੇ ਚੌਂਕੀ 'ਚ ਆਇਆ ਸੀਗਾ ਜੀ ਦਰਖਾਸਤ ਦੇਣ ਵਾਸਤੇ, ਅਤੇ ਹੁਣ ਜਾ ਕੇ ਦੇਖਦਾ ਜੀ ਵੀ ਕਿੰਨੀ ਸੱਟ ਆ ਉਹਦੇ ਕੀ ਹੈਗਾ, ਜਾਂ ਗਾਹਾਂ ਕਿਤੇ ਰੈਫਰ ਕਰਦੇ ਆ ਜੀ, ਜਾਂ ਇੱਥੇ ਇਲਾਜ ਹੁੰਦਾ ਜੀ ਉਹਦਾ। ਬੰਦੇ ਜੀ ਦੋ ਬੱਸਾਂ 'ਚ ਆਏ ਸੀ, ਇੱਕ ਉਹਨੀ ਮੂਹਰੇ ਲਾ ਲਈ ਜੀ ਬੱਸ, ਇੱਕ ਪਿੱਛੇ ਲਾ ਲਈ ਜੀ, ਦੋਨੇ ਪ੍ਰੈਸ਼ਰ ਕੰਪਨੀ ਦੀਆਂ ਬੱਸਾਂ ਸੀਗੀਆਂ ਜੀ। ਹਾਂ, ਉਹਦੇ ਵਿੱਚ ਜਦੋਂ ਲੜਾਈ ਹੋਈ ਆ ਉੱਥੋਂ ਮੌਕੇ 'ਤੇ ਟੈਲੀਫੋਨ ਆਇਆ ਸੀ ਸਾਨੂੰ, ਮੈਂ ਮੌਕੇ 'ਤੇ ਪਹੁੰਚਾ ਸੀ, ਮੇਰੇ ਜਾਂਦੇ ਨੂੰ ਦੂਜੀਆਂ ਬੱਸਾਂ ਤਾਂ ਨਹੀਂ ਸੀਗੀਆਂ, ਇੱਕ ਨਿਊ ਦੁਆਬਾ ਬੱਸ ਸੀਗੀ ਜਿਹੜੀ, ਜਿਹਦੇ ਸ਼ੀਸ਼ੇ ਟੁੱਟੇ ਹੋਏ ਸੀਗੇ, ਅਤੇ ਉਹ ਜਾ ਕੇ ਉੱਥੋਂ ਰੂਟ 'ਚ ਲਾਇਆ ਅਤੇ ਉਹਨਾਂ ਤੋਂ ਪਤਾ ਜੋ ਦਰਖਾਸਤ ਦੇ ਕੇ ਗਏ ਆ ਜੀ, ਕਿ ਇੱਦਾਂ ਦਾ ਕਰਕੇ ਸਾਨੂੰ ਕੁੱਟਮਾਰ ਪ੍ਰੈਸ਼ਰ ਬੱਸ ਵਾਲਿਆਂ ਨੇ ਕੀਤੀ ਆ। ਹੁਣ ਉਹਨਾਂ ਦੋਨਾਂ ਨੂੰ ਬੁਲਾ ਕੇ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ, ਹੁਣ ਦਰਖਾਸਤ ਲੈ ਲਈ ਆ ਜੀ। ਇੱਕ ਮੁੰਡਾ ਹਸਪਤਾਲ ਦਾਖਲ ਹੋਇਆ ਜੀ, ਜੇ ਸੱਟਾਂ ਲੱਗੀਆਂ ਉਹਦੇ, ਹੁਣ ਹਸਪਤਾਲ ਜਾ ਕੇ ਉੱਥੋਂ ਚੇਟਾਂ ਬਣੀਆਂ, ਹਸਪਤਾਲ ਤੋਂ ਜਾ ਕੇ ਬਣਦੀ ਕਾਰਵਾਈ ਕਰਾਂਗੇ ਜੀ। ਉਹ ਮੌਕੇ 'ਤੇ ਹੈ ਨਹੀਂ ਸੀ ਕੋਈ ਹੋਰ ਬੱਸ, ਇਹ ਨਿਊ ਦੁਆਬਾ ਬੱਸ ਸੀਗੀ ਜਾਂਦੇ ਨੂੰ ਉੱਥੇ ਜੀ।